ਕਿਵਰੀ ਸਟੂਡੈਂਟਸ ਦਾ ਇਹ ਸਵਾਲ ਦੇਖੋ ਜਿਵੇਂ ਵੀਜ਼ਾ ਸਕਸੈਸ ਰੇਟ ਨੂੰ ਲੈ ਕੇ ਸਟੂਡੈਂਟਸ ਪੁੱਛਦੇ ਰਹਿੰਦੇ ਨੇ ਰੀਜਨਲ ਏਰੀਆ ਦਾ ਕਿੰਨਾ ਕੁ ਅਸਰ ਰਹਿੰਦਾ ਹੈ ਕਿ ਸਟੂਡੈਂਟ ਪੁੱਛਦੇ ਕਿ ਅਸੀਂ ਉਧਰ ਨੂੰ ਜਾਈਏ ਜਾਂ ਅੱਗੋਂ ਸਾਨੂੰ ਕੀ ਰੀਜਨਲ ਏਰੀਆ ਅਗਰ ਚਲੇ ਜਾਂਦੇ ਹਾਂ ਕੱਲ ਨੂੰ ਸਾਨੂੰ ਕੰਮ ਨੂੰ ਲੈ ਕੇ ਕੋਈ ਦਿੱਕਤ ਤਾਂ ਨਹੀਂ ਹੋਏਗਾ ਤਾਂ ਰੀਜਨਲ ਏਰੀਆ ਨੂੰ ਸੋਚਦੇ ਹੋਏ ਆ ਸਟੂਡੈਂਟਸ ਨੂੰ ਕੀ ਗਾਈਡ ਕਰੋਗੇ ਬਹੁਤ ਅੱਛੀ ਆਪਸ਼ਨ ਹੈ ਜਿਹੜੇ ਐਵਰੇਜ ਸਟੂਡੈਂਟ ਆ ਰੀਜਨਲ ਏਰੀਆ ਦੇ ਵਿੱਚ ਦੇਖੋ ਐਡਮਿਸ਼ਨ ਲੈਣਾ ਜੀਟੀ ਕਲੀਅਰ ਕਰਨਾ ਹੋਰ ਈਜ਼ੀ ਹੋ ਜਾਂਦਾ ਬੱਚੇ ਲਈ ਵੀਜ਼ਾ ਲੈਣਾ ਵੀ ਈਜ਼ੀ ਹੋ ਜਾਂਦਾ ਦੇਖੋ ਹਰਜੋਤ ਜੀ ਜਿੱਥੇ ਆਪਾਂ ਰੀਜਨਲ ਏਰੀਆ ਵੱਲ ਜਾਂਦੇ ਹਾਂ ਕੰਮ ਦੀ ਦਿੱਕਤ ਦੀ ਜੇ ਆਪਾਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਕਾਲਜ ਦੇ ਜਿਹੜੇ ਟਿਊਸ਼ਨ ਫੀਸ ਵੀ ਕਿਤੇ ਨਾ ਕਿਤੇ ਘੱਟ ਜਾਂਦੀ ਹੈ ਜੇ ਆਪਾਂ ਅੱਛੇ ਲੈਵਲ ਦੇ ਅੱਛੀ ਯੂਨੀਵਰਸਿਟੀ 'ਚ ਐਡਮਿਸ਼ਨ ਕਰਾਉਂਦੇ ਹਾਂ ਨੋਰਮਲ ਏਰੀਆਸ ਦੇ ਵਿੱਚ ਜਾ ਕੇ ਆਪਾਂ ਐਡਮਿਸ਼ਨ ਕਰਾਉਂਦੇ ਹਾਂ ਤਾਂ ਉੱਥੇ ਜੇ ਦੇਖਿਆ ਜਾਵੇ ਤਾਂ ਟਿਊਸ਼ਨ ਫੀਸ ਵੀ ਕਿਤੇ ਥੋੜ੍ਹੀ ਜਿਹੀ ਇੰਕਰੀਜ਼ ਹੋ ਕੇ ਹੀ ਆਉਂਦੀ ਆ ਇਸ ਕਰਕੇ ਜਿੱਥੇ ਥੋੜ੍ਹਾ ਬਹੁਤ ਅਸੀਂ ਕੰਪਰੋਮਾਈਜ਼ ਕਰ ਰਹੇ ਹਾਂ ਉੱਥੇ ਕੱਲ੍ਹ ਦੇ ਦਿਨ ਸਾਨੂੰ PR ਲੈਣ ਦੇ ਵਿੱਚ ਵੀ ਬੈਨੀਫਿਟਸ ਮਿਲਣਗੇ ਰੀਜਨਲ ਏਰੀਆ ਰੀਜਨਲ ਏਰੀਆ ਅਪਲਾਈ ਕਰਨਾ ਗੁੱਡ ਡਿਸੀਜ਼ਨ ਆ ਅੱਛਾ ਡਿਸੀਜ਼ਨ ਹੈ ਸਟੂਡੈਂਟਸ ਦਾ ਅਪਲਾਈ ਕਰਨਾ ਚਾਹੀਦਾ ਇਹ ਬੱਚੇ ਲਈ ਕੱਲ੍ਹ ਦੇ ਦਿਨ ਹੈਲਪਫੁਲ ਸਾਬਿਤ ਹੋਊਗਾ ਵੀਜ਼ਾ ਲੈਣ ਦੇ ਲਈ ਵੀ ਅਤੇ ਕੱਲ੍ਹ ਦੇ ਦਿਨ PR ਦੇ ਲਈ ਵੀ ਇਹ ਚੀਜ਼ਾਂ ਬਹੁਤ ਜਿਹੜੀਆਂ ਮਦਦ ਕਰਨਗੀਆਂ ਸਟੂਡੈਂਟਸ ਦੀਆਂ ਇਹ ਜਿਹੜਾ ਡਿਸੀਜ਼ਨ ਆ ਅੱਛਾ ਡਿਸੀਜ਼ਨ ਆ ਰੀਜਨਲ ਏਰੀਆ 'ਚ ਅਪਲਾਈ ਕਰਨਾ ਕੰਮ ਨੂੰ ਲੈ ਕੇ ਤਾਂ ਦਿੱਕਤ ਕਿਸੇ ਵੀ ਏਰੀਆ 'ਚ ਆ ਸਕਦੀ ਹੈ ਠੀਕ ਹੈ ਜੇ ਮੈਂ ਗੱਲ ਕਰਾਂ ਕਿ ਮੈਨ ਪਾਵਰ ਦੀ ਜਿਹੜੀ ਐਵਰੇਜ ਹੈ ਉਹਦੇ ਵਿੱਚ ਡੋਲਰ ਐਵਰੇਜ ਕਿਤੇ ਘੱਟ ਵੱਧ ਹੋ ਸਕਦੀ ਆ ਉਹਦੇ 'ਤੇ ਮੈਂ ਇੰਨਾ ਜ਼ਿਆਦਾ ਜਿਹੜਾ ਫੋਕਸ ਨਹੀਂ ਦੇ ਕੇ ਗੱਲ ਕਰਾਂਗੀ ਕਿਉਂਕਿ ਜਦੋਂ ਸਟੂਡੈਂਟ ਸਾਡਾ ਸਭ ਤੋਂ ਵੱਡਾ ਇੱਥੇ ਸਵਾਲ ਵੀਜ਼ੇ ਦਾ ਔਰ ਕੱਲ੍ਹ ਦੇ ਦਿਨ PR ਲੈਣ ਦਾ ਪੈਸਾ ਥੋੜ੍ਹਾ ਬਹੁਤ ਘੱਟ ਵੀ ਬੱਚਾ ਕਮਾ ਲੂਗਾ ਬਟ ਜਿਹੜਾ ਉਹਦੀ ਯੂਟੀਲਾਈਜੇਸ਼ਨ ਹੋਈ ਹੈ ਪੈਸੇ ਦੀ ਉਹਨੇ ਕੱਲ੍ਹ ਦੇ ਦਿਨ ਇੱਥੋਂ ਟਿਊਸ਼ਨ ਫੀਸਾਂ ਭਰੀਆਂ ਹੈ ਇੰਨਾ ਆਪਣੇ ਪੇਰੈਂਟਸ ਦਾ ਖਰਚਾ ਕਰਾ ਕੇ ਗਿਆ ਉਹਦੇ ਡ੍ਰੀਮਸ ਨੇ ਉੱਥੇ ਸੈਟਲ ਹੋਣਾ ਉਹ ਚੀਜ਼ਾਂ ਰੀਜਨਲ ਏਰੀਆ ਫੁਲਫਿਲ ਜ਼ਰੂਰ ਕਰਦਾ ਹੈ ਬੱਚੇ ਦੀ ਜੀ ਜੀ ਠੀਕ ਹੈ ਬਿਲਕੁਲ ਅਤੇ ਲਾਸਟ ਵਿੱਚ ਆਪਾਂ ਇੰਟੇਕ ਦੀ ਜਦ ਗੱਲ ਕਰ ਲਈਏ ਸਮਾਂ ਜਿਵੇਂ ਘੱਟ ਨਜ਼ਰ ਆ ਰਿਹਾ ਅਕਤੂਬਰ ਨਵੰਬਰ ਇੰਟੇਕ ਦੀ ਗੱਲ ਕਰ ਰਹੇ ਹਾਂ ਕਿਹੜੀ ਪ੍ਰੋਫਾਈਲ ਜਿਨ੍ਹਾਂ ਦੀ ਤਿਆਰੀ ਹੋਵੇ ਉਹ ਹੁਣ ਅਪਲਾਈ ਕਰ ਸਕਦੇ ਨੇ ਕਿੰਨੀਆਂ ਕੁ ਆਪਸ਼ਨਸ ਹਾਲੇ ਵੀ ਦਿਖ ਰਹੀਆਂ ਦੇਖੋ ਹਰਜੋਤ ਜੀ ਅਕਤੂਬਰ ਇੰਟੇਕ ਲਈ ਤਾਂ ਮੈਂ ਬੱਚਿਆਂ ਨੂੰ ਹਾਮੀ ਨਹੀਂ ਭਰੂੰਗੀ ਹਾਂ ਅਕਤੂਬਰ ਇੰਟੇਕ ਜੇ ਕੋਈ 20-25 ਤੋਂ ਕਲਾਸਿਸ ਸਟਾਰਟ ਹੋ ਰਹੀਆਂ ਤਾਂ ਉਹ ਬੱਚੇ ਐਡਮਿਸ਼ਨ ਲੈ ਸਕਦੇ ਅਕਤੂਬਰ ਇੰਟੇਕ 'ਚ ਨਹੀਂ ਤਾਂ 2022 ਪਾਸ ਆਊਟ ਬੱਚੇ ਨਵੰਬਰ ਇੰਟੇਕ 'ਚ ਐਡਮਿਸ਼ਨ ਲੈ ਲੈਣ ਇਹ ਲਾਸਟ ਆਪਸ਼ਨ ਹੈ ਇਹ ਲਾਸਟ ਕਾਲ ਹੈ ਕਾਲਜਿਸ ਵੱਲੋਂ ਵੀ ਸਾਡੇ ਵੱਲੋਂ ਵੀ ਅਤੇ ਇਸ ਚੀਜ਼ ਨੂੰ ਥੋੜ੍ਹਾ ਸੀਰੀਅਸ ਲੈ ਕੇ ਜਿਹੜਾ ਇਹ ਆਪਣੇ ਉੱਤੇ ਅਪਡੇਟ ਕੀਤਾ ਜਾਵੇ ਕਿਉਂਕਿ ਸਟੂਡੈਂਟ ਜਦੋਂ ਵੀ ਸਾਡੇ ਕੋਲ ਆਉਂਦਾ ਹੈ ਉਹ ਡਿਲੇ ਹੋਇਆ ਹੁੰਦਾ ਹੈ ਲੇਟ ਹੋਇਆ ਹੁੰਦਾ ਹੈ ਉਹਦੇ ਕੋਲ ਆਪਣੇ ਰੀਜ਼ਨਸ ਹੁੰਦੇ ਨੇ ਬਟ ਕੋਈ ਵੀ ਐਵੇਂ ਦਾ ਰੀਜ਼ਨ ਜਿਹੜਾ ਕਿ ਇੱਕ ਆਥੋਰਾਈਜ਼ ਜਿਹੜੀ ਚੀਜ਼ ਆ ਜਾਂ ਕੋਈ ਵੀਜ਼ਾ ਅਫਸਰ ਬੈਠਾ ਉਹ ਐਵੇਂ ਦੇ ਜਿਹੜੇ ਐਕਸਕਿਊਜ਼ ਆ ਸਾਡੇ ਨਹੀਂ ਲਊਗਾ ਇਹਨਾਂ ਚੀਜ਼ਾਂ ਨੂੰ ਆਪਾਂ ਧਿਆਨ ਰੱਖੀਏ ਬਾਕੀ ਟਿਊਸ਼ਨ ਫੀਸ ਤੁਹਾਡੀ ਰੈਡੀ ਹੋਣੀ ਚਾਹੀਦੀ ਆ ਫੰਡ ਤੁਹਾਡੇ ਰੈਡੀ ਹੋਣੀ ਚਾਹੀਦੀ ਆ ਜਦੋਂ ਤੁਸੀਂ ਸਾਡੇ ਕੋਲ ਨਵੰਬਰ ਇਨਟੇਕ ਲਈ ਆਉਂਦੇ ਆ ਤਾਂ ਹੀ ਆਓ ਜੇ ਸਾਰੀਆਂ ਚੀਜ਼ਾਂ ਰੈਡੀ ਹੈ ਜੇ ਤੁਸੀਂ ਅਜੇ ਕੁਝ ਅਰੇਂਜ ਕਰਨਾ ਹੈ ਫਿਰ ਤੁਸੀਂ ਇਸ ਇਨਟੇਕ ਦੇ ਵਿੱਚ ਅਪਲਾਈ ਨਹੀਂ ਕਰ ਸਕੋਗੇ